ਤੇਰਾ ਰਾਮ ਸੁਹਾਵੇ, ਸੁਹਾਗ ਬੀਬੀ ਤੇਰਾ, ਤੇਰਾ ਰਾਮ ਸੁਹਾਵੇ, ਕਿਹੜੇ ਦੇਸਾਂ ਦਾ ਖਟਿਆ ਬੀਬੀ, ਬੀਬੀ ਦਾ ਬਾਬ ਲਿਆਵੇ। ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਸਾਉਣ ਦਾ ਮਹੀਨਾ ਚੱਲ ਰਿਹਾ ਹੈ, ਵੱਖ ਵੱਖ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਗਲੀ ਮੁਹੱਲਿਆਂ ਦੇ ਵਿੱਚ ਤੀਆਂ ਦਾ ਤਿਉਹਾਰ ਕੁੜੀਆਂ ਚਿੜੀਆਂ ਧੀਆਂ ਭੈਣਾਂ ਬੀਬੀਆਂ ਦੇ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਪਿੰਡ ਭਿਓਰਾ ਜ਼ਿਲ੍ਹਾ ਰੋਪੜ, ਅੱਜ ਅਸੀਂ ਇਸ ਪਿੰਡ ਭਿਓਰਾ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਹੈਲਪ ਸੈਲਫ ਗਰੁੱਪ ਅਤੇ ਮੈਡਮ ਸਤਵਿੰਦਰ ਕੌਰ ਜੀ, ਸੋ ਉਹਨਾਂ ਦੇ ਇੱਕ ਵੱਡੇ ਉਪਰਾਲੇ ਦੇ ਸਦਕਾ ਇਸ ਪਿੰਡ ਦੇ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸੋ ਚਰਖੇ ਮਧਾਣੀਆਂ ਵੀ ਇੱਥੇ ਇਹਨਾਂ ਕੋਲ ਮੌਜੂਦ ਨੇ ਅਤੇ ਗੱਲਬਾਤ ਕਰਦੇ ਹਾਂ ਆਪਾਂ ਇੱਥੇ ਜੋ ਬੀਬੀਆਂ ਭੈਣਾਂ ਪਹੁੰਚੀਆਂ ਨੇ ਉਹਨਾਂ ਦੇ ਨਾਲ, ਅਤੇ ਜੋ ਇੱਥੇ ਗਿੱਧਾ ਲੋਕ ਨਾਚ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਸੋ ਇਹ ਪੂਰੀ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ। ਤੀਆਂ ਅਤੇ ਤਰਿੰਜਣਾ ਅਸੀਂ ਭੁੱਲ ਗਏ ਹਾਂ, ਤੀਆਂ ਅਤੇ ਤਰਿੰਜਣਾ ਅਸੀਂ ਭੁੱਲ ਗਏ ਹਾਂ, ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਹਾਂ, ਕੋਈ ਨਾ ਜਾਣੇ ਸਾਨੂੰ ਸੱਭਿਆਚਾਰ ਬਿਨਾ, ਕੋਈ ਨਾ ਜਾਣੇ ਸਾਨੂੰ ਸੱਭਿਆਚਾਰ ਬਿਨਾ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ। ਇਸ ਪਿਆਰੀ ਜਿਹੀ ਪਰਫਾਰਮੈਂਸ ਤੋਂ ਬਾਅਦ ਸਾਡੇ ਲਾਗਲੇ ਪਿੰਡ ਰੰਗੀਲਪੁਰ ਤੋਂ ਕੁਝ ਨਿੱਕੀਆਂ ਬੱਚੀਆਂ ਆਈਆਂ ਨੇ, ਪਲੀਜ਼ ਆਪਣੀ ਪਰਫਾਰਮੈਂਸ ਲੈ ਕੇ ਸਟੇਜ ਤੇ ਆਣ। ਜੇਕਰ ਕਿਸੇ ਦਾ ਬੋਲੀ ਪਾਉਣ ਦਾ ਦਿਲ ਹੈ, ਨੱਚਣ ਦਾ ਦਿਲ ਹੈ, ਗੀਤ ਗਾਉਣ ਦਾ ਦਿਲ ਹੈ, ਤਾਂ ਪਲੀਜ਼ ਸਟੇਜ ਤੇ ਆ ਜਾਣ। ਆ ਜੀਵਾ
ਮੇਰਾ ਨਾਮ ਨਿਸ਼ੂ ਹੈ। ਅੱਜ ਤੁਸੀਂ ਇੱਥੇ ਕੀ ਕਰ ਰਹੇ ਹੋ? ਅਸੀਂ ਅੱਜ ਇੱਥੇ ਤੀਆਂ ਦਾ ਪ੍ਰੋਗਰਾਮ ਤੇ ਆਏ ਹੋਏ ਆਂ। ਸਾਰੇ ਆਂਢ ਗੁਆਂਢ ਦੀਆਂ ਆਂਟੀਜ਼ ਲੇਡੀਜ਼ ਸਾਰੀਆਂ ਆਈਆਂ ਹੋਈਆਂ ਨੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਤੀਆਂ ਮਨਾ ਰਹੇ ਆ। ਸਾਰੇ ਨੇ ਆਪਣਾ ਗਿੱਧੇ ਵਗੈਰਾ ਦਾ ਸ਼ੌਂਕ ਪੂਰਾ ਕਰਿਆ। ਤੀਆਂ ਦੇ ਵਿੱਚ ਕੀ ਕਰਦੇ ਹੁੰਦੇ ਆ? ਇਸ ਦਿਨ ਕੁੜੀਆਂ ਤ੍ਰਿੰਝਣਾ ਤੇ ਉਹ ਗੀਤ ਗਾਉਂਦੀਆਂ ਹੁੰਦੀਆਂ ਨੇ ਤੇ ਬਹਿ ਕੇ ਝੂਟੇ ਲੈਂਦੀਆਂ ਨੇ, ਪਿੰਗਾਂ ਪਾਉਂਦੀਆਂ, ਬਸ ਆਪਣੇ ਸ਼ੌਂਕ ਪੂਰੇ ਕਰਦੀਆਂ ਇਸ ਦਿਨ। ਸੋ ਤੁਸੀਂ ਇਹ ਜਿਹੜੇ ਕੰਨਾਂ ਦੇ ਵਿੱਚ ਪਾਏ ਆ ਇਹਨੂੰ ਕੀ ਕਹਿੰਦੇ ਆ? ਲੋਟਨ, ਲੋਟਨ ਫੁੰਦੇ। ਓਕੇ, ਸੋ ਕਦੇ ਚਰਖਾ ਕੱਤਿਆ ਤੁਸੀਂ? ਨਹੀਂ, ਕਦੇ ਕੱਤਿਆ ਤਾਂ ਨਹੀਂ, ਕੱਤ ਲੂੰਗੇ, ਹਲੇ ਬਥੇਰਾ ਟਾਈਮ ਪਿਆ। ਹੁਣ ਤਾਂ ਅੱਗੇ ਅੱਗੇ ਤਾਂ ਚਰਖੇ ਦੇਖਣ ਨੂੰ ਨਹੀਂ ਮਿਲਦੇ, ਕੱਤੂਗੇ ਕਿਵੇਂ? ਨਹੀਂ, ਅਸੀਂ ਕੱਤ ਕੇ ਦਿਖਾਉਂਗੇ ਤੁਹਾਨੂੰ। ਜ਼ਰੂਰੀ ਥੋੜ੍ਹੀ ਵੀ, ਜੇ ਕਲਚਰ ਅੱਗੇ ਵੱਧ ਗਿਆ ਤਾਂ ਅਸੀਂ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਈਏ, ਉਹਨਾਂ ਨੂੰ ਵੀ ਯਾਦ ਕਰਿਆ ਜਾ ਸਕਦਾ।
ਪਰ ਚਰਖੇ ਤਾਂ ਹੈ ਹੀ ਨਹੀਂ ਹੁਣ, ਆ ਵੀ ਕਿਤੋਂ ਮੰਗ ਕੇ ਬੜਾ ਔਖਾ ਬਿਨਾਂ ਤੱਕਲੇ ਤੇ ਲਿਆਂਦਾ। ਨਹੀਂ ਸਾਡੇ ਘਰੇ ਪਿਆ ਆ, ਉਹਦੇ 'ਚ ਤੱਕਲਾ ਹੈਗਾ? ਹੈਗਾ ਜਾਂ ਨਹੀਂ ਪਵਾ ਲੂੰਗੇ, ਕੋਈ ਗੱਲ ਨਹੀਂ। ਠੀਕ ਹੈ, ਕੀ ਨਾਮ ਹੈ ਤੁਹਾਡਾ? ਜੋਤੀ ਜੀ। ਪਿੰਡ ਕਿਹੜਾ ਤੁਹਾਡਾ? ਪਿਓਰਾ ਹੈ, ਵੈਸੇ ਮੇਰੀ ਮੈਰਿਡ 'ਚ ਲਖਮੀਪੁਰ ਹੋਈ ਹੈ। ਓਕੇ, ਅੱਜ ਤੁਸੀਂ ਪੇਕੇ ਪਿੰਡ ਆਏ ਹੋ? ਹਾਂਜੀ, ਮੈਂ ਆਪਣੇ ਪੇਕੇ ਪਿੰਡ ਤੀਆਂ ਨੂੰ ਸੈਲੀਬ੍ਰੇਟ ਕਰਨ ਆਈ ਹਾਂ ਜੀ। ਸਪੈਸ਼ਲ ਤੀਆਂ ਮਨਾਉਣ ਦੇ ਵਾਸਤੇ ਤੁਸੀਂ ਆਪਣੇ ਪੇਕੇ ਆਏ? ਹਾਂਜੀ। ਅੱਗੇ ਵੀ ਮਨਾਉਂਦੇ ਆ ਇੱਥੇ ਤੀਆਂ? ਹਾਂਜੀ, ਅੱਗੇ ਵੀ ਮਨਾਉਂਦੇ ਆ। ਅੱਛਾ ਜੀ, ਹਾਂਜੀ। ਸੋ ਇਹ ਤੀਆਂ ਜਿਹੜੀਆਂ ਨੇ ਕਿਉਂ ਮਨਾਈਆਂ ਜਾਂਦੀਆਂ? ਤੀਆਂ ਬਸ ਕੁੜੀਆਂ ਤੀਆਂ ਭੈਣਾਂ ਸਾਰੀਆਂ ਰਲ ਮਿਲ ਕੇ ਆਪਣਾ ਸ਼ੌਂਕ ਪੂਰਾ ਕਰਦੀਆਂ ਨੇ, ਨੱਚ ਨੁੱਚ ਲੈਂਦੀਆਂ ਨੇ। ਓਕੇ, ਸੋ ਤੁਸੀਂ ਗਿੱਧਾ ਪਾਇਆ ਅੱਜ ਖੂਬ? ਹਾਂਜੀ, ਬਹੁਤ ਇੰਜੋਏ ਕੀਤਾ ਸੀ। ਅੱਜ ਕੱਲ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਮਤਲਬ ਕਿ ਇਸ ਪੁਰਾਤਨ ਜਿਹੜਾ ਆਪਣਾ ਵਿਰਸਾ ਇਹਦੇ ਬਾਰੇ ਨਹੀਂ ਪਤਾ ਹੈਗਾ, ਕੀ ਕਹੋਗੇ? ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਇਸ ਬਾਰੇ, ਨਹੀਂ ਆਪਣਾ ਪੁਰਾਣਾ ਲੱਕੜ 'ਚ ਨਹੀਂ ਛੱਡਾਂਗੇ, ਅਸੀਂ ਨੇਮੀ ਹੀ ਆਪਣਾ ਕਲਚਰ ਯਾਦ ਰੱਖਾਂਗੇ। ਧੰਨਵਾਦ। ਧੰਨਵਾਦ। ਬੀਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੀਬੀ ਕੀ ਨਾਮ ਹੈ? ਕਰਮ ਕੌਰ। ਪਿੰਡ ਕਿਹੜਾ ਹੈ? ਪਿੰਡ ਪਿਓਰਾ। ਪਿਓਰਾ। ਸੋ ਪੇਕੇ ਕਿੱਥੇ ਤੁਹਾਡੇ? ਚੰਦਪੁਰ। ਕਿੰਨੀ ਮਤਲਬ ਕਿ ਉਮਰ ਹੋ ਗਈ ਹੋਣੀ ਤੁਹਾਡੀ? ਲਗਭਗ 80। 80 ਸਾਲ। ਸੋ ਪੇਕੇ ਤੁਸੀਂ ਬਹੁਤ ਤੀਆਂ ਮਨਾਈਆਂ ਹੋਣੀਆਂ? 20-25 ਸਾਲ ਦੇ। 20-25 ਸਾਲ ਮਤਲਬ ਕਿ ਪੇਕੇ ਪਿੰਡ ਮਨਾਈਆਂ? ਹਾਂਜੀ। ਸੋ ਇਹ ਕਿਸ ਤਰ੍ਹਾਂ ਦੀਆਂ ਤੀਆਂ ਹੁੰਦੀਆਂ ਸੀ ਜਿਹੜੀਆਂ ਪਹਿਲਾਂ ਮਨਾਈਆਂ ਜਾਂਦੀਆਂ? ਇਹ ਬਾਈ ਤੀਆਂ ਪਹਿਲਾਂ ਵਿਆਹ ਹੁੰਦੇ ਤੇ ਪਹਿਲਾ ਤਿਉਹਾਰ ਹੁੰਦਾ ਤਾਂ ਤੀਆਂ ਲੈ ਕੇ ਜਾਂਦੇ ਤੇ ਤੀਆਂ ਮਨਾਉਂਦੇ। ਜਦੋਂ ਲੜਕੀ ਦਾ ਵਿਆਹ ਹੁੰਦਾ ਸੀ ਪਹਿਲੀ ਵਾਰੀ ਤਾਂ ਉਹ ਆਪਣੇ ਪੇਕੇ ਪਿੰਡ ਆਉਂਦੀ? ਪੇਕੇ ਆਉਂਦੀ ਜੀ ਤੀਆਂ ਮਨਾਉਣ ਜੀ। ਬਸ ਉੱਥੇ ਵੀ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਪੀਂਘਾਂ ਪਾਉਂਦੀਆਂ ਤੀਆਂ? ਹਾਂਜੀ, ਝੂਟੇ ਪਾਉਂਦੀਆਂ ਤੇ ਗੀਤ ਗਾਣੇ ਗਾਉਂਦੀਆਂ ਤੀਆਂ। ਫਿਰ ਸੰਧਾਰਾ ਕੌਣ ਲੈ ਕੇ ਆਉਂਦਾ ਹੁੰਦਾ ਸੀ? ਪੇਕੇ। ਪੇਕੇ ਭਰਾ? ਹਾਂ। ਤੁਸੀਂ ਚਰਖਾ ਵੀ ਬਹੁਤ ਕੱਤੇ ਆਉਣਾ? ਬਾਈ ਬਥੇਰੇ ਕੱਤੇ, ਉਸ ਵਕਤ ਤਾਂ ਬਹੁਤ ਕੱਤ ਦੇ ਤੇ। ਹਾਂਜੀ। ਤੇ ਇਹ ਫਿਰ ਕੱਤ ਕੇ ਕੀ ਕਰਦੇ ਹੁੰਦੇ ਤੇ? ਮਤਲਬ ਦਰੀਆਂ ਬਣਾਉਣੀਆਂ, ਚਾਦਰਾਂ ਬਣਾਉਣੀਆਂ, ਖੇਸ ਬਣਾਉਣੇ। ਉਹ ਵੀ ਆਪੇ ਹੀ ਬਣਾਉਂਦੇ ਹੁੰਦੇ ਸੀ? ਨਹੀਂ, ਜਲ ਦਿੰਦੇ ਹੁੰਦੇ ਤੇ ਬਣਾਉਣੇ। ਹਾਂਜੀ, ਦਰੀਆਂ ਆਪ ਬਣਾਉਂਦੇ ਤੇ। ਦਰੀਆਂ ਆਪ ਬਣਾਉਂਦੇ ਸੀ। ਹਾਂ, ਨਾਲੇ ਨੂਲੇ ਵੀ ਬੁਣ ਲੈਂਦੇ ਸੀ? ਬਹੁਤ ਬਹੁਤ। ਠੀਕ ਹੈ, ਸਵੈਟਰ ਬਥੇਰੇ ਬੁਣ ਲੈਂਦੇ। ਅੱਛਾ। ਬੇਬੇ ਕੋਈ ਬੋਲੀ ਆਉਂਦੀ ਹੈ? ਕੋਈ ਸੁਹਾਗ ਆਉਂਦਾ ਹੋਊਗਾ? ਬੀਬੀ ਤੇਰਾ ਤੇਰਾ ਰਾਮ ਸੁਹਾਵੇ, ਸੁਹਾਗ ਬੀਬੀ ਤੇਰਾ ਤੇਰਾ ਰਾਮ ਸੁਹਾਵੇ, ਨੀ ਕਿਹੜੇ ਦੇਸਾਂ ਦਾ ਖਟਿਆ ਬੀਬੀ ਬੀਬੀ ਦਾ ਬਾਬ ਸ਼ੋਰ ਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਵਾਂਗੇ।
ਸਤਵਿੰਦਰ ਕੌਰ ਦਾ ਆਸ਼ੂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗਨਾਈਜ਼ ਕਰਨ ਵਿੱਚ ਬਹੁਤ ਯੋਗਦਾਨ ਪਾਇਆ, ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਹਰੇ ਹਰੇ ਕਾਇ ਉੱਤੇ ਸੱਪ ਫੂਕਾ ਮਾਰਦਾ, ਹਰੇ ਹਰੇ ਕਾਇ ਉੱਤੇ ਸੱਪ ਫੂਕਾ ਮਾਰਦਾ, ਭਜੋ ਵੀ ਰੋਵੇ ਬਾਪੂ ਗੱਲਾਂ ਮੱਝਾਂ ਚਾਰਦਾ, ਭਜੋ ਵੀ ਰੋਵੇ ਬਾਪੂ ਗੱਲਾਂ ਮੱਝਾਂ ਚਾਰਦਾ। ਗੱਡੇ ਗਡੀਰੇ ਵਾਲਿਆ ਗੱਡਾ ਹੌਲੀ ਹੌਲੀ ਤੋਰ, ਗੱਡੇ ਗਡੀਰੇ ਵਾਲਿਆ ਗੱਡਾ ਹੌਲੀ ਹੌਲੀ ਤੋਰ। ਕਰ ਛਤਰੀ ਦੀ ਛਾਂ ਛਾਵੇਂ ਮੈਂ, ਮੈਂ
ਹਾਂਜੀ ਮੈਡਮ ਸਤਵਿੰਦਰ ਕੌਰ ਜੀ, ਅੱਜ ਪਿੰਡ ਭਿਓਰਾ ਦੇ ਵਿੱਚ ਤੀਆਂ ਮਨਾਈਆਂ ਗਈਆਂ। ਸੋ ਕਿੰਨੇ ਦਿਨ ਤੋਂ ਤੁਹਾਡੀ ਇਹ ਤਿਆਰੀ ਚੱਲ ਰਹੀ ਸੀ ਅਤੇ ਭੱਜ ਨੱਠ ਵੀ ਹੋ ਰਹੀ ਹੋਣੀ ਹੈ ਬਹੁਤ? ਹਾਂਜੀ ਭੱਜ ਨੱਠ ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਕੋਈ ਫੰਕਸ਼ਨ ਕਰਨਾ ਹੁੰਦਾ ਹੈ ਉਹ ਤਾਂ ਐਕਚੁਅਲੀ 'ਚ ਇੱਕ ਤਾਂ ਐਕਸਾਈਟਮੈਂਟ ਹੋ ਜਾਂਦੀ ਹੈ ਕਿ ਅਸੀਂ ਕੁਛ ਕਰਨਾ ਹੈ, ਇੱਕ ਬੱਚਿਆਂ ਨੂੰ ਇੱਕ ਉਤਸ਼ਾਹ ਮਿਲ ਰਿਹਾ, ਇੱਕ ਨਵੀਂ ਚੀਜ਼, ਨਵੀਂ ਨਹੀਂ ਹੈ ਪੁਰਾਣੀ ਹੈ ਜੀ, ਪਰ ਅਸੀਂ ਹੌਲੀ ਹੌਲੀ ਭੁੱਲਦੇ ਜਾ ਰਹੇ ਇਸ ਚੀਜ਼ ਨੂੰ। ਤਿਆਰੀਆਂ ਘੱਟੋ ਘੱਟ ਹਫ਼ਤਾ ਹੋ ਗਿਆ ਜੀ ਚੱਲਦਿਆਂ ਨੂੰ, ਬੱਚਿਆਂ ਕੋਈ ਸੂਟਸ ਵੀ ਸਿਲੈਕਟ ਕਰਦਾ ਹੈ, ਕੋਈ ਜੂਲਰੀ ਸਿਲੈਕਟ ਕਰਦਾ ਹੈ, ਪਰ ਸਾਨੂੰ ਇਹ ਸੀਗਾ ਕਿ ਅਸੀਂ ਇੱਕ ਤਿਉਹਾਰ ਮਨਾਉਣਾ ਹੈ ਤੀਆਂ ਦਾ, ਜੋ ਕਿ ਹਰ ਪਾਸੇ ਜ਼ਰੂਰੀ ਹੋਇਆ ਵਾ ਕਿ ਮਨਾਓ, ਹੈ ਨਾ ਜੀ, ਅਤੇ ਇਹ ਚੀਜ਼ਾਂ ਅਸੀਂ ਆਪਣੀਆਂ ਛੱਡਦੇ ਜਾਂਦੇ ਹਾਂ, ਪਰ ਸਾਨੂੰ ਇਹ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਅਤੇ ਅਸੀਂ ਬੱਚਿਆਂ ਦੇ ਨਾਲ ਰਲ ਕੇ ਹੀ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਹੈ, ਅਤੇ ਸਾਨੂੰ ਲੱਗਦਾ ਹੈ ਕਿ ਅਗਲੀ ਵਾਰੀ ਇਸ ਤੋਂ ਵੀ ਵੱਡਾ ਹੋਵੇਗਾ ਜੀ। ਸੋ ਕਿੰਨੇ ਕੁ ਦਿਨ ਹੋ ਗਏ ਤੁਹਾਨੂੰ ਲੱਗਿਆਂ ਨੂੰ? ਸਾਨੂੰ ਇੱਕ ਹਫ਼ਤਾ ਹੋ ਗਿਆ ਜੀ। ਇੱਕ ਹਫ਼ਤੇ ਤੋਂ ਤੁਸੀਂ ਇੱਧਰ ਹੀ ਬਿਜੀ ਹੋ? ਬਹੁਤ ਜ਼ਿਆਦਾ ਜੀ, ਪੁੱਛੋ ਨਾ ਜੀ, ਕਦੀ ਕਿਰਨ ਮੈਨੂੰ ਕੋਲ ਜਾਈਦਾ ਹੈ, ਕਦੀ ਬੱਚਿਆਂ ਦੀ ਸਲਾਹ ਲਈ ਦੀ ਆ ਜੀ, ਸਭ ਕੁਛ ਵਾਸਤੇ ਦੇਖੀਦਾ, ਫਿਰ ਆਪਣਾ ਵੀ ਦੇਖੀਦਾ ਵੀ ਅਜੇ ਅਸੀਂ ਕੁਛ ਕਰਨਾ ਹੈ, ਸਾਨੂੰ ਆਉਣਾ ਤਾਂ ਚਾਹੀਦਾ ਇਸ ਇਟ ਮੀਨਸ, ਕਿਤੇ ਅਸੀਂ ਜਾ ਕੇ ਉੱਥੇ ਲੱਸੀ ਉਹ ਨਾ ਕਰ ਦਈਏ, ਵੀ ਸਾਨੂੰ ਤਾਂ ਕੁਛ ਆਉਂਦਾ ਹੀ ਨਹੀਂ ਹੈਗਾ ਨਾ। ਅਤੇ ਸਭ ਤੋਂ ਪਹਿਲਾਂ ਆਪਣੇ ਲਈ ਫੋਕਸ ਕੀਤਾ ਕਿ ਅਸੀਂ ਵੀ ਕੁਛ ਕਰਨਾ ਚਾਹੁੰਦੇ ਹਾਂ, ਸਾਨੂੰ ਵੀ ਇਸ ਚੀਜ਼ ਵੱਲ ਥੋੜ੍ਹਾ ਜਿਹਾ ਜ਼ਿਆਦਾ ਚਾਅ ਹੈ, ਨੱਚਣ ਟੱਪਣ ਦਾ, ਪੁਰਾਣੇ ਕਲਚਰ ਦਾ, ਕਿਉਂਕਿ ਇਹ ਸਭ ਚੀਜ਼ਾਂ ਬੱਚਿਆਂ ਤੋਂ ਵਿਛੜਦੀਆਂ ਜਾ ਰਹੀਆਂ। ਅੱਜ ਕੱਲ੍ਹ ਬੱਚਿਆਂ ਨੂੰ ਪੁੱਛ ਲਓ ਚਰਖਾ ਕੀ ਹੁੰਦਾ, ਇਹਨਾਂ ਨੂੰ ਪਤਾ ਹੀ ਨਹੀਂ ਕਿ ਤਾਂ ਦੇ ਤਕਲਾ ਕੀ ਹੁੰਦਾ ਹੈ, ਪਰ ਜੇ ਇਹਨਾਂ ਨੂੰ ਤਾਂ ਅਸੀਂ ਕਹਿ ਰਹੇ, ਜੇ ਸਾਨੂੰ ਪੁੱਛੇ ਸਾਨੂੰ ਖੁਦ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ, ਪਰ ਨਹੀਂ, ਅਸੀਂ ਹੌਲੀ ਹੌਲੀ ਇਹਨਾਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਅਤੇ ਜਾਗਰੂਕਤਾ ਕਰ ਰਹੇ ਹਾਂ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ, ਛੋਟੇ ਬੜੇ ਬੱਚਿਆਂ ਨੂੰ, ਕਿ ਇਸ ਚੀਜ਼ ਨੂੰ ਅੱਗੇ ਲੈ ਕੇ ਆਓ, ਇਸ ਚੀਜ਼ ਬਾਰੇ ਵੱਧ ਤੋਂ ਵੱਧ ਜਾਣਕਾਰੀ ਲਵੋ। ਸੋ ਇੰਨੀ ਹਰਾਸਮੈਂਟ ਤੋਂ ਬਾਅਦ ਇਹ ਅੱਜ ਜੋ ਤੁਹਾਡਾ ਪ੍ਰੋਗਰਾਮ ਹੈ ਪੂਰਾ ਮਤਲਬ ਕਿ ਸਫਲ ਹੋਇਆ, ਸੋ ਕਿੰਨੀ ਕੁ ਖੁਸ਼ੀ ਹੈ ਹੁਣ? ਬਹੁਤ ਜ਼ਿਆਦਾ ਜੀ, ਮੇਰਾ ਤਾਂ ਧਰਤੀ ਨੂੰ ਪੈਰ ਨਹੀਂ ਲੱਗ ਰਿਹਾ ਜੀ, ਮੈਨੂੰ ਲੱਗਦਾ ਹੈ ਕਿ ਮੇਰੀਆਂ ਭੈਣਾਂ ਬੀਬੀਆਂ ਭੈਣਾਂ ਨੇ, ਸਭ ਨੇ ਮੇਰਾ ਸਾਥ ਹੈ ਪੂਰੇ ਦਿਲ ਨਾਲ ਦਿੱਤਾ ਹੈ, ਬੱਚਿਆਂ ਨੇ ਬਹੁਤ ਵਧੀਆ ਕੀਤਾ ਹੈ, ਬੱਚਿਆਂ ਨੂੰ ਬੱਚੇ ਵਧਾਈ ਦੇ ਪਾਤਰ ਬਣਦੇ ਆ, ਕਿਉਂ ਬੱਚੇ ਅੱਗੇ ਵੀ ਪਰਫੋਰਮੈਂਸ ਕਰਦੇ ਆ, ਪਰ ਉਰੇ ਆਪਣੇ ਇੱਕ ਖੁੱਲ੍ਹਾ ਅਤੇ ਕਹਿ ਲਓ ਇੱਕ ਮਨ ਦਿਲ ਖੋਲ੍ਹ ਕੇ ਨੱਚਣਾ ਇੱਕ ਅਲੱਗ ਤੋਂ ਉਹ ਗੱਲ ਹੋ ਜਾਂਦੀ ਆ। ਜੇ ਕਿਸੇ ਪ੍ਰੋਗਰਾਮ 'ਤੇ ਨੱਚੋ ਤਾਂ ਇਹ ਹੁੰਦਾ ਕਿ ਕੁਛ ਗਲਤ ਨਾ ਹੋ ਜਾਏ, ਇਹਨਾਂ ਨੂੰ ਕਿਹਾ ਤਾਂ ਨੱਚੋ ਜਿਵੇਂ ਮਰਜ਼ੀ ਕਰਕੇ, ਕੁਛ ਗਲਤ ਵੀ ਹੁੰਦਾ ਤਾਂ ਵੀ ਕੁਛ ਨਹੀਂ ਆ ਜੀ ਜੀ ਜੀ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਜੀ? ਸਰ ਮੇਰਾ ਨਾਮ ਕਿਰਨ ਹੈ ਜੀ। ਸੋ ਇਸੇ ਗਰੁੱਪ ਦੀ ਮੈਂ ਕੀ ਐਜ਼ ਏ ਜਨਰਲ ਸਕੱਤਰ ਕੰਮ ਕਰ ਰਹੀ ਹਾਂ। ਓਕੇ ਹਾਂਜੀ। ਸੋ ਅੱਜ ਇਹ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ ਤੁਹਾਡੇ ਪਿੰਡ ਦੇ ਵਿੱਚ, ਸੋ ਕੀ ਕਹੋਗੇ ਤੀਆਂ ਦੇ ਬਾਰੇ? ਸਰ ਐਕਚੁਅਲੀ ਪਤਾ ਕੀ ਹੁੰਦਾ, ਸਾਡੀ ਜੋ ਲਾਈਫ ਹੈ ਬਹੁਤ ਜ਼ਿਆਦਾ ਬਿਜ਼ੀ ਹੈ, ਅਸੀਂ ਲੇਡੀਜ਼ ਹਰ ਵੇਲੇ ਜੋਬ ਜਾਂ ਘਰ ਦੇ ਕੰਮ ਜਾਂ ਬੱਚੇ, ਇਹਨਾਂ 'ਚ ਬਿਜ਼ੀ ਰਹਿੰਦੇ। ਇੱਕ ਤੀਆਂ ਦਾ ਦਿਨ ਹੋ ਜਾਂਦਾ ਕਿ ਜਿਹਦੇ ਵਾਸਤੇ ਅਸੀਂ ਸਪੈਸ਼ਲ ਟਾਈਮ ਕੱਢਣਾ ਚਾਹੁੰਦੇ ਹਾਂ, ਔਰ ਕੰਪਲਸਰੀ ਵੀ ਕਿ ਸਾਨੂੰ ਆਪਣੇ ਵਾਸਤੇ ਵੀ ਥੋੜ੍ਹਾ ਟਾਈਮ ਕੱਢਣਾ ਚਾਹੀਦਾ। ਅਤੇ ਸਾਡਾ ਜੋ ਅੱਜ ਪ੍ਰੋਗਰਾਮ ਸੀ, ਸਾਡਾ ਮੇਨ ਮਕਸਦ ਇਹੀ ਸੀਗਾ ਕਿ ਅਸੀਂ ਸਾਰੀ ਲੇਡੀਜ਼ ਨੂੰ ਮੋਟੀਵੇਟ ਕਰੀਏ ਕਿ ਥੋੜ੍ਹਾ ਜਿਹਾ ਅਸੀਂ ਅਗਰ ਫੈਮਿਲੀ ਵਾਸਤੇ ਪੂਰੀ ਲਾਈਫ ਦੇ ਸਕਦੇ ਤਾਂ ਆਪਣੇ ਵਾਸਤੇ ਸਾਨੂੰ ਇੱਕ ਦਿਨ ਦੇਣਾ ਚਾਹੀਦਾ, ਇਹ ਹੋ ਸਕਦਾ ਹੈ। ਥੈਂਕ ਯੂ। ਸੋ ਇੱਕ ਹਾਂਜੀ ਕੋਈ ਬੋਲੀ ਆਉਂਦੀ ਹੈ ਤੁਹਾਨੂੰ ਸੁਣਾਉਂਗੇ? ਹਾਂਜੀ ਹਾਂਜੀ ਜ਼ਰੂਰ ਜੀ। ਹਾਂਜੀ ਜਿਹੜੀ ਬੋਲੀ ਹੈ ਉਹ ਤੀਜ਼ ਦੇ ਉੱਪਰ ਹੀ ਹੈ, ਜਿਵੇਂ ਅੱਜ ਇਕੱਠੀਆਂ ਹੋ ਕੇ ਤਿਆਰ ਹੋ ਕੇ ਹੈ ਉਹਦੇ ਉੱਪਰ ਹੀ ਹੈ, ਮੁਟਿਆਰਾਂ ਦੇ ਉੱਪਰ। ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਡੇ ਵੱਲੋਂ ਵੀ, ਤੇ ਤੁਹਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਸਫਲ ਰਿਹਾ। ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ ਕਰਦੇ ਹਾਂ, ਤੁਸੀਂ ਹਰ ਵਾਲੇ ਸਾਡੇ ਨਾਲ ਖੜ੍ਹੇ ਆ, ਜਦੋਂ ਵੀ ਤੁਹਾਨੂੰ ਅਸੀਂ ਫੋਨ ਕਰਦੇ ਹਾਂ ਤੁਸੀਂ ਉਸੇ ਟਾਈਮ ਸਾਡਾ ਸਾਥ ਦਿੰਦੇ ਆ, ਬਹੁਤ ਬਹੁਤ ਧੰਨਵਾਦ ਜੀ, ਤਹਿ ਦਿਲੋਂ ਧੰਨਵਾਦ ਆ ਜੀ ਤੁਹਾਡਾ।